ਪੰਜਾਬੀ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਅਤੇ ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਨੇ ਤਾਂ ਜੋ ਉੱਥੇ ਸੈਟਲ ਹੋ ਸਕਣ, ਆਪਣਾ ਭਵਿੱਖ ਬਣਾ ਸਕਣ ਅਤੇ ਮਾਪਿਆਂ ਨੂੰ ਵੀ ਸਹਾਰਾ ਦੇ ਸਕਣ। ਇਸੇ ਤਰ੍ਹਾਂ ਅਜਨਾਲਾ ਦੇ ਪਿੰਡ ਰੋਖੇ ਦਾ ਰਹਿਣ ਵਾਲਾ ਭਗਵੰਤ ਸਿੰਘ ਵੀ 3 ਸਾਲ ਪਹਿਲਾਂ ਆਸਟ੍ਰੇਲੀਆ ਗਿਆ, ਜਿੱਥੇ ਇੱਕ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ ਹੈ। ਅਤੇ ਜਦੋਂ ਇਹ ਖਬਰ ਪਿੰਡ ਪੁੱਜਦੀ ਹੈ ਤਾਂ ਪਿੰਡ ਵਿੱਚ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ 37 ਸਾਲ ਦੀ ਉਮਰ ਸੀ ਅਤੇ 3 ਸਾਲ ਪਹਿਲਾਂ ਹੀ ਆਸਟ੍ਰੇਲੀਆ ਗਿਆ ਸੀ। ਆਪਣੀ ਪਤਨੀ ਅਤੇ 1.25 ਸਾਲ ਦੇ ਬੱਚੇ ਦੇ ਨਾਲ ਉੱਥੇ ਰਹਿੰਦਾ ਸੀ ਅਤੇ ਟਰੱਕ ਚਲਾਉਂਦਾ ਸੀ। ਇਸੇ ਦੌਰਾਨ ਟਰੱਕ 'ਤੇ ਉਹ ਆਪਣਾ ਲੋਡ ਕਰਕੇ ਆਪਣੇ ਕੰਮ 'ਤੇ ਜਾ ਰਹੇ ਸੀ ਤਾਂ ਅਚਾਨਕ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਦਰਖਤ ਦੇ ਨਾਲ ਜਾ ਟਕਰਾਇਆ ਅਤੇ ਉਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ ਅਤੇ ਭਗਵੰਤ ਸਿੰਘ ਦੀ ਮੌਤ ਹੋ ਗਈ। ਕੀ ਕਹਿਣਾ ਪਰਿਵਾਰ ਦਾ ਤੁਹਾਨੂੰ ਸੁਣਾ ਦਿੰਦੇ। ਮੈਂ ਸਾਬਕਾ ਸਰਪੰਚ ਪਰਮਜੀਤ ਰੋਖੇ, ਬੇਟਾ ਸੀ, ਤਕਰੀਬਨ 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ। ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9.5 ਸਾਲ ਹੋ ਗਏ ਗਈ ਨੂੰ, ਮੈਰਿਜ ਹੋਈ ਸੀ ਇਹਦੀ ਆਸਟ੍ਰੇਲੀਆ ਦੇ ਵਿੱਚ। ਇਹ ਉੱਥੇ ਟਰੈਕਿੰਗ ਦਾ ਕੰਮ ਕਰਦਾ ਸੀ ਅਤੇ ਵਾਪਸੀ 'ਤੇ ਆ ਰਿਹਾ ਸੀ। ਟੋਟਲ ਸਫ਼ਰ 700 ਮੀਲ ਦਾ ਸੀ, 500 ਕਵਰ ਕਰ ਗਿਆ, 200 ਅਜੇ ਘਰ ਦੇ ਲਾਗੇ ਰਹਿ ਗਿਆ ਸੀ ਕਰਨ ਵਾਲਾ। ਗੱਡੀ ਜਿਹੜੀ ਸੀ ਉਹ ਲੋਡਡ ਸੀ, ਬੇਕਾਬੂ ਹੋ ਕੇ ਦਰਖਤ ਜਾ ਟਕਰਾਈ, ਟਕਰਾਉਂਦਿਆਂ ਸਾਰੀ ਜਿਹੜੀ ਆ ਸਾਰੀ ਜਿਹੜੀ ਟ੍ਰੇਲਰ ਸੀ ਉਹਨੂੰ ਅੱਗ ਲੱਗ ਗਿਆ। ਕੰਟਰੋਲ ਜਿਹੜਾ ਮੌਕੇ 'ਤੇ ਹੋ ਨਹੀਂ ਸਕਿਆ ਅਤੇ ਸਾਰੀ ਗੱਡੀ ਝੁਲਸ ਗਈ। ਉਹਨੂੰ ਡੈੱਡ ਬੋਡੀ ਦਾ ਅਜੇ ਕਨਫਰਮ ਨਹੀਂ ਹੋ ਰਿਹਾ, ਬੱਚੀ ਆ ਜਾਂ ਨਹੀਂ ਬੱਚੀ, ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ। ਅਸੀਂ ਜਾਵਾਂਗੇ, ਜਾ ਕੇ ਪਤਾ ਕਰਾਂਗੇ ਅਤੇ ਉਸ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬੋਡੀ ਨੂੰ ਇੱਧਰ ਲਿਆਵਾਂਗੇ। ਫੈਮਿਲੀ 'ਚ ਉੱਥੇ ਸਿਰਫ ਉਹਦੀ ਘਰਵਾਲੀ ਆ ਜਾਂ ਉਹਦਾ ਬੇਟਾ 1.25 ਸਾਲ ਦਾ। ਮਨ ਵਿੱਚ ਬਹੁਤ ਚਾਅ ਸੀ, ਜਦੋਂ ਪਿਛਲੇ ਸਾਲ ਆਇਆ ਇੱਥੋਂ, 1.5 ਸਾਲ ਹੋਇਆ ਏ ਇਸਦੇ, ਸਾਰਿਆਂ ਨੂੰ ਮਿਲ ਕੇ ਗਿਆ ਏ ਅਤੇ ਬੱਚੇ ਦੀ ਜਿਹੜੀ ਸੀ ਉੱਥੇ ਇਹਨਾਂ ਨੇ ਆ 1 ਮਹੀਨਾ ਪਹਿਲੋਂ ਜਨਮਦਿਨ 'ਤੇ ਪਾਰਟੀ ਰੈਸਟੋਰੈਂਟ 'ਚ ਕਰਕੇ ਬੜਾ ਖੁਸ਼ ਸੀ, ਬਕਾਇਦਾ ਆਪਣੀਆਂ ਯਾਦਾਂ ਖੇਲੀਆਂ ਛੱਡ ਗਿਆ। ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ, ਜਨਵਰੀ ਇਹਨੇ ਰਹਿ ਕੇ ਇੱਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾਂ ਮਿੱਤਰਾਂ ਨੂੰ ਬੁਲਾ ਕੇ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਅਤੇ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ, ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਕਿਲਕਾਰੀ ਬੇਟੇ ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੋਤਰਾ ਸੀ, ਵੱਡਾ ਇਹ ਸੀ। ਇੰਨੀਆਂ ਬੜੀਆਂ ਉਹਨੂੰ ਖੁਸ਼ੀਆਂ ਸੀ ਕਿ ਮੈਂ ਪਿਓ ਬਣਿਆ, ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ। ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਸੀ। ਹਾਂਜੀ ਹਾਂਜੀ, ਮੇਰੀ ਕੱਲ੍ਹ ਗੱਲ ਹੋਈ ਸੀ ਅਤੇ ਗੱਡੀ ਚਲਾ ਰਿਹਾ ਸੀ, ਚੱਲਦਿਆਂ ਚੱਲਦਿਆਂ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ, ਇਹਨੇ ਉੱਥੋਂ ਜਦੋਂ ਚੱਲਿਆ ਏਡੀਲੈਂਡ ਤੋਂ, ਉੱਥੋਂ ਨਹੀਂ ਲੋਡ ਮਿਲਿਆ, ਇਹਨੇ ਰਸਤੇ 'ਚ ਲੋਡ ਇਹਨੂੰ ਚੱਕਿਆ ਹੈ। ਠੀਕ ਠਾਕ ਸੀ, ਗੱਲਾਂ ਬਾਤਾਂ ਕਰਦੇ ਰਹੇ, ਪਰਿਵਾਰਕ ਗੱਲਾਂ ਚੱਲਦੇ ਰਹੀਆਂ। ਸਾਡਾ ਗਰੁੱਪ ਜਿਹਾ ਬਣਿਆ ਪਰਿਵਾਰ ਦਾ, ਸਾਰੇ 4 ਬੱਚਿਆਂ ਦਾ ਹੀ, 5 ਦਾ ਗਰੁੱਪਿੰਗ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਹਾਸਾ ਮਜ਼ਾਕ ਠੱਠੇ ਕਰਦੇ ਰਹੇ। ਇਹ ਪਤਾ ਨਹੀਂ ਸੀ ਕਿ ਮੇਰਾ ਕੱਲ੍ਹ ਦਿਨ ਮੈਂ ਤੁਹਾਨੂੰ ਵਿਖਾਈ ਨਹੀਂ ਦੇਣੀ ਬਿਲਕੁਲ। ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਅਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ, ਇਕੱਠੇ ਹੋਏ ਸੀ ਬੱਚੇ ਅਤੇ ਇਹਨੂੰ ਸਗੋਂ ਐਡ ਕਰਨਾ ਸੀ ਅਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ, ਅਸੀਂ ਕਿਹਾ ਵੀ ਚਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਹੈ ਅਤੇ ਸਾਰੇ ਐਡ ਹੋ ਗਏ, ਫਿਰ ਟਾਈਮ ਲੱਗ ਜਾਂਦਾ ਹੈ। 8:30 ਸਕੂਲ ਲੱਗਦਾ ਸੀ, 8 ਵਜੇ ਜਿਹੜਾ ਅਸੀਂ ਲਾਈਵ ਜਦੋਂ ਇਹ ਹੋਇਆ
ਅਤੇ ਉਦੋਂ ਅਚਨਚੇਤ ਪੁਲਿਸ ਦਾ ਉੱਤੋਂ ਪੁਲਿਸ ਸਟੇਸ਼ਨ ਦੇ ਉੱਤੋਂ ਫੋਨ ਆਇਆ ਹੈ।